ਜਿਹੜੀਆਂ ਕਾਰਾਂ ਨਾਲ ਆਪਣੇ ਵਾਲੇ ਹੁਣ ਵੀਡੀਓ ਪਾਉਂਦੇ ਨਾ ਵੀ ਪੂਰੀ ਦੀ ਪੂਰੀ ਟਾਕੀ ਖੁੱਲ ਜਾਂਦੀ ਐ ਇਹ ਅਸਲ ਦੇ ਵਿੱਚ 40 ਸਾਲ ਪਹਿਲਾਂ ਦੀਆਂ ਪੁਰਾਣੀਆਂ ਕਾਰਾਂ ਭਰਾ ਮੇਰੇ 40 ਸਾਲ ਪਹਿਲਾਂ ਅਮਰੀਕਾ ਦੇ ਵਿੱਚ 1981 ਦੇ ਵਿੱਚ ਇਹ ਕਾਰਾਂ ਬਣ ਗਈਆਂ ਸੀਗਾਂ ਤੁਸੀਂ ਦੇਖ ਲਓ ਵੀ ਦੁਨਿਆ ਕਿੰਨੇ ਐਡਵਾਂਸ ਹੋ ਗਿਆ ਡੀ ਐਮ ਸੀ ਕੰਪਨੀ ਨੇ 1981 ਦੇ ਵਿੱਚ ਕਾਰ ਬਣਾਈ ਸੀ ਅਮਰੀਕਾ ਦੀ ਨੇ ਤੇ ਹਜੇ ਆਪਣੇ ਮੰਨ ਲਾ ਦਾ ਐਂਡ ਗਾ ਦੇ ਵਿੱਚ ਪੂਰੀ ਟਾਕੀ ਖੁੱਲਣ ਵਾਲੀਆਂ ਆਂਗਾਂ ਨਹੀਂ ਹੋਣਗੀਆਂ ਤੁਸੀਂ ਦੇਖ ਲਓ ਵੀ ਜਿਹੜੇ 40 41 ਸਾਲ ਪਹਿਲਾਂ ਇਹਨਾਂ ਕੋਲੇ ਇਹੋ ਜੀਆਂ ਕਾਰਾਂ ਸੀਗੀਆਂ ਤੇ ਅੱਜ ਕਿਹੋ ਜੀ ਐਡਵਾਂਸ ਟੈਕਨੋਲੋਜੀ ਉਹਨਾਂ ਬੰਦਿਆਂ ਕੋਲੇ ਹੋਊਗੀ ਹਨਾ ਸੋ ਦੁਨੀਆ ਘੁੰਮ ਕੇ ਇਹੀ ਪਤਾ ਲੱਗਦਾ ਹੈ ਵੀ ਵਾਕਈ ਭਾਈ ਅਸੀਂ ਅਜੇ ਕਾਫੀ ਪਿੱਛੇ ਚੱਲ ਰਿਹਾ ਕੰਮ ਆ ਸਾਡੇ ਬੰਦ ਨੂੰ ਮਿਹਨਤ ਕਰਨ ਦੀ ਲੋੜ ਹੈ ਜੇ ਦੁਨੀਆ ਨਾਲ ਮੁਕਾਬਲਾ ਕਰਨਾ ਨਹੀਂ ਤਾਂ ਸੱਚੀ ਮੁੱਚ ਹੀ ਹੋਏ ਨਾ ਵੀ ਅਜੇ ਤਾਂ ਦੁਨੀਆ ਦਾ 100 ਸਾਲ ਪਿੱਛੇ ਤੁਰੇ ਫਿਰਦੇ ਆ ਇਹ ਗੱਲ ਮੰਨ ਲੈਣੀ ਚਾਹੀਦੀ ਆ ਸਾਡੇ ਬੰਦੇ ਨੂੰ ਮਿਹਨਤ ਕਰਨੀ ਪੈਣੀ ਆ ਤੇ ਜਿਹੜੀਆਂ ਗੱਡੀਆਂ ਦੀ ਆਪਾਂ 파ਟੀ ਮਾਰਦੇ ਫਿਰਦੇ ਆ ਵੀਰ ਮੇਰੋ ਇਨਾਂ ਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਤੇ ਇਹ ਤਾਂ ਮਾਲਾ ਗੋਰੀਆਂ ਨੇ ਅੱਜ ਤੋਂ 50 50 ਸਾਲਾਂ 50 ਸਾਲ ਪਹਿਲਾਂ ਚਲਾ ਗਈ ਛੜਤਾਂ ਤੇ ਹਜੇ ਤਾਂ ਸਾਡੇ ਕੋਲੇ ਆਂਗਾਂ ਨਹੀਂ ਜਿੱਦੇ ਆਉਣਗੀਆਂ ਤਾਂ ਉਹਦੇ ਪਤਾ ਨਹੀਂ ਕੀ ਹੋਣਾ ਹੈ ਨਾ ਸੋ ਇਹਨਾਂ ਪੂਰੀਆਂ ਗੱਡੀਆਂ ਦੀ ਆਪਾਂ ਵੀਡੀਓ ਆ ਜਿਹੜੀ ਪੂਰੇ ਕਿਸ ਤਰ੍ਹਾਂ ਕਿਵੇਂ ਕਿਵੇਂ ਇਹ ਬਣੀਆਂ ਠੀਕ ਹੈ ਇਹ ਗੁਰਪ੍ਰੀਤ ਕੋਟ ਲਈ YouTube ਚੈਨਲ ਤੇ ਗੁਰਪ੍ਰੀਤ ਕੋਟ ਲਈ Facebook ਪੇਜ ਤੇ ਤੇ ਗੁਰਪ੍ਰੀਤ ਕੋਟ ਲਈ ਅਫੀਸ਼ੀਅਲ Instagram ਤੇ ਪੈ ਜਾਣੀਆਂ ਤੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ